بسم اللہ الرحمن الرحیم یا کنا بدو وی کنا استین السلام علیکم جی اللہ دے فجر نال اللہ دے کرم نال امید ہے تسی وی خیر و خیریت نال ہوو گے اللہ تعالی تانوں بیماریاں تو پریشانیاں تو محفوظ رکھے آمین تسی دیکھ دے پے اپنا یوٹیوب چینل ایگری کھانے والا 161 میں محمد عمران بھائی اپ اج لہسن دی گڈی کر دے پے او تانوں لہسن دی گڈی کر دے او دکھاونے ਅੱਛਾ ਭਾਈ ਜੀ ਮੇਰੇ ਚੜ੍ਹਦੇ ਪੰਜਾਬ ਵਾਲੇ ਸਰਦਾਰ ਜੀ ਵੀਰ ਹੋਣੀ ਆ ਉਹਨਾਂ ਨੂੰ ਦਿਲੋਂ ਆਈ ਲਵ ਯੂ ਹੋ ਗਿਆ ਜਿਹੜੇ ਮੇਰੇ ਲਹਿੰਦੇ ਪੰਜਾਬ ਦੇ ਆ ਪਾਕਿਸਤਾਨ ਦੇ ਉਹਨਾਂ ਨੂੰ ਸਲਾਮ ਹੋ ਗਿਆ ਯੂਰਪ ਵਾਲਿਆਂ ਨੂੰ ਕੈਨੇਡਾ ਵਾਲਿਆਂ ਨੂੰ ਸਾਊਦੀਆ ਵਾਲਿਆਂ ਨੂੰ ਜਿਹੜੇ ਪਾਕਿਸਤਾਨ ਦੇ ਗੈਰ ਮੁਲਕ ਗਏ ਜਿਨ੍ਹਾਂ ਮੇਰੇ ਭਰਾ ਮੇਰੇ ਦੋਸਤ ਆ ਮੇਰੇ ਮਿੱਤਰ ਆ ਉਹਨਾਂ ਨੂੰ ਸਾਰਿਆਂ ਨੂੰ ਸਲਾਮ ਹੋ ਗਿਆ ਭਾਈ ਜੀ ਜਿਹੜੇ ਨਵੇਂ ਵੀਡੀਓ ਦੇਖਦੇ ਪੈ ਨਵੇਂ ਵੀਡੀਓ ਤੇ ਆ ਉਹ ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰਨ ਜਿਹੜੇ ਪੁਰਾਣੇ ਮੇਰੇ ਦੋਸਤ ਆ ਮੇਰੇ ਭਰਾ ਵਾ ਮੇਰੇ ਵੀਰ ਆ ਔਰ ਵੀਡੀਓ ਸਾਰੀ ਦੇ ਦੇਖਿਆ ਕਰਨ ਚੈਨਲ ਨੂੰ ਲਾਈਕ ਕਰਨ ਸਬਸਕ੍ਰਾਈਬ ਕਰਨ ਫੋਲੋ ਕਰਨ ਕਮੈਂਟ ਦੇਵੇ ਸਲਾਦਾ ਜਰ ਲਾਜ਼ਮੀ ਦੱਸਿਓ ਅੱਛਾ ਭਾਈ ਜੀ ਆਪਣਾ ਜਿਹੜਾ ਚੈਨਲ ਆ ਨਾ ਐਗਰੀ ਖਾਣੇ ਵਾਲ ਲਿਖੋਗੇ YouTube ਦੇ ਵਿੱਚ ਜਾ ਕੇ ਤੇ ਆਪਣਾ ਚੈਨਲ ਨਿਕਲ ਆਊਗਾ ਉਹਨੂੰ ਸਬਸਕ੍ਰਾਈਬ ਕਰਿਓ ਲਾਈਕ ਕਰਿਓ ਫੋਲੋ ਕਰਿਓ ਕਮੈਂਟ ਕਰਿਓ ਹੁਣ ਭਾਈ ਜੀ ਤੁਹਾਨੂੰ ਆਪਾਂ ਲਸਣ ਦੀ ਗੋਡੀ ਕਰਦੇ ਆ ਅੱਜ ਉਹ ਤੁਹਾਨੂੰ ਦਿਖਾਉਨੇ ਆ ਸਬਾਈ ਜੀ ਇਸ ਤਰੀਕੇ ਕਰਨੀ ਹੈ ਲਸਣ ਦੀ ਗੋਡੀ ਆ ਪਾਵਟਾਂ ਦੇ ਉੱਤੇ ਲਾਇਆ ਹੋਇਆ ਵਾ ਰੰਬੀ ਨਾਲ ਤਾਂ ਕਰਦੇ ਕੋਈ ਨਹੀਂ ਪੈ ਤੇ ਦਾਤਰੀ ਨਹੀਂ ਕਰਦੇ ਪੈਂ ਆ ਦੇਖੋ ਨਾ ਤੇ ਅੱਗੇ ਵੈਸੇ ਮੈਂ ਲਾ ਦਿੰਦਾ ਹੁੰਦਾ ਸੀਗਾ यानी कि ना छोटी छोटिया खत्तियाँ बना के एस पहले साल ही आई है सब्जी जिनी भी लाई है वह वटा त लाई है सब्जी जिनी की की लाइनी कि लसन लाया वा मेथरी लाई आ कोई प्या लाया गंड कण लाया वा कोई पालक इस तरीके सारियाँ थोड़िया थोड़िया आप सब्जियां लाइया हुई भाई जी आप घर दब्जियां बनाई दी सौ फीसदी घाट ही बाजारू बजारू ले दी व ਆ ਦੇਖੋ ਨਾ ਭਾਈ ਜੀ ਇਸੇ ਤਰੀਕੇ ਜਿਹੜਾ ਨਾ ਆਪਾਂ ਇਹਨੂੰ ਅੱਲਾ ਖੈਰ ਕਰੇ ਦਾਤਰੀ ਨਾਲ ਹੀ ਗੋਡੀ ਕਰ ਦੇਣੀ ਆ ਦਾ ਰੰਬੀ ਨਾਲੋਂ ਵੈਸੇ ਦਾਤਰੀ ਨਾਲ ਸਹੀ ਹੋ ਜਾਂਦੀ ਏ ਰੰਬੀ ਨਾਲ ਜ਼ਿਆਦਾ ਹੀ ਨਾ ਜ਼ਮੀਨ ਮੋਟੀ ਮੋਟੀ ਪੱਟ ਹੁੰਦੀ ਏ ਤੇ ਫਿਰ ਉਹ ਸਹੀ ਨਹੀਂ ਰਹਿੰਦੀ ਤੇ ਦਾਤਰੀ ਨਾਲ ਜ਼ਮੀਨ ਥੋੜੀ ਜੀ ਬਰੀਕ ਹੋ ਜਾਂਦੀ ਏ ਨਾਲੇ ਕਾਹ ਕੁ ਚੰਗੀ ਤਰ੍ਹਾਂ ਨਿਕਲ ਜਾਂਦਾ ਵਿੱਚੋਂ ਹੌਣ ਬਾਈ ਜੀ ਤੁਹਾਨੂੰ ਆਪਾਂ ਜਿਹੜੀ ਆਪਣੀ ਮੇਥਰੀ ਤੇ ਗੋਲਾਈ ਹੋਈ ਹੈ ਯਾਨੀ ਕਿ ਸੌਰੀ ਪਾਲਕ ਤੇ ਕੋਈ ਗੰਡਿਆਂ ਦਾ ਵੀ ਪਿਆਜ਼ਾਂ ਦਾ ਵੀ ਉਹ ਤੁਹਾਨੂੰ ਦਿਖਾਉਣਾ ਵਾ ਜੀ ਹਾਂ ਜੀ ਜੀ ਗੋਡੀ ਤਾਂ ਹੁੰਦੀ ਰਣੀ ਆ ਲਸਣ ਦੀ ਸਾਰਾ ਦੇਣੀ ਲੱਗ ਜਾਣਾ ਵਾ ਗੋਡੀ ਕਰਦੇ ਹਾਂ ਲਸਣ ਮਾਸ਼ੱਲਾ ਕਾਫੀ ਸਾਰਾ ਵਾ ਤੇ ਬੰਦਾ ਮੈਂ ਕੱਲਾ ਹੀ ਆ ਇਸ ਵਾਸਤੇ ਦੇਖਿਓ ਨਾ ਇਹ ਮੈਨੂੰ ਤਕਰੀਬਨ ਦਿਹਾੜੀ ਅੱਜ ਦੀ ਇੱਥੇ ਲੱਗ ਜਾਣੀ ਆ ਵੇਚਾਰ ਕਾਥਨੀ ਉਗਰੀ ਹੋਈ ਆ ਜਿਹੜੀ ਬਰਸੀਨ ਦੇ ਵਿੱਚ ਉਗਰੀ ਹੁੰਦੀ ਆ ਆ ਆਪਣੇ ਪੱਠੇ ਆ ਬਰਸੀਨ ਦੇ ਵਿੱਚ ਸਰੋਂ ਪਾਈ ਆ ਸਾਗ ਵਾਲੀ ਦੇ ਬਾਈ ਜੀ ਦੇਸੀ ਸਰੋਂ ਪਾਈ ਹੋਈ ਆ ਸਾਗ ਵਾਲੀ ਸਾਗ ਬੜਾ ਮਜ਼ੇਦਾਰ ਸਰੋਂ ਦਾ ਬਣਦਾ ਵਾ ਬਾਕੀ ਹੁਣ ਤੁਹਾਨੂੰ ਪਾਲਕ ਤੇ ਧਰੀਆਂ ਵਗੈਰਾ ਉਹ ਦਿਖਾਉਣਾ ਆ ਵੱਟਾਂ ਤੇ ਵੀ ਧਨੀਆਂ ਲਾਇਆ ਹੋਇਆ ਮੂਲੀਆਂ ਮਾਸ਼ਾਅੱਲਾ ਡੀਆਂ ਡੀਆਂ ਹੋ ਗਈਆਂ ਵਾ ਆ ਮੂਲੀਆਂ ਵਿੱਚ ਲਾਈਆਂ ਹੋਈਆਂ ਵਾ ਧਨੀਆਂ ਤੇ ਮੂਲੀਆਂ ਇਹ ਮੂੰਗਰੇ ਲਾਏ ਹੋਏ ਵਿੱਚ ਵਿੱਚ ਆ ਸੰਗਰਿਆਂ ਦੇ ਬੂਟੇ ਵੀ ਆ ਦੇਖੋ ਨਾ ਇਸੇ ਤਰੀਕੇ ਬਾਜੀ ਆਪਣੀ ਸਾਰੀ ਸਬਜ਼ੀ ਜਿਹੜੀ ਆ ਨਾ 100% ਇੱਲਾ ਖੈਰ ਕਰੇ ਘਰ ਦੀ ਹੁੰਦੀ ਹੈ ਅੱਛਾ ਬਾਜੀ ਆ ਵਾ ਕਿਆਜ਼ਾਂ ਦਾ ਵੀ ਗੰਡਿਆਂ ਦਾ ਵੀ ਕਾਣ ਜੀ ਨੂੰ ਕਿਹਾ ਜਾਂਦਾ ਵਾ ਲੇਕਿਨ ਇਹਦੇ ਵਿੱਚ ਵੀ ਨਾ ਮੈਂ ਪਰੋਂ ਬਰਸੀਨ ਦਾ ਵੀ ਪਕਾਇਆ ਸੀਗਾ ਤੇ ਉਹ ਇਸੇ ਜਗ੍ਹਾ 'ਚ ਰੱਖਿਆ ਸੀਗਾ ਉਹ ਸਾਰੀ ਕਾਸਨੀ ਤੇ ਵਿੱਚ ਬਰਸੀਨ ਆਪਣੇ ਆਪ ਹੀ ਕੇਰਦਾ ਰਹਿ ਗਿਆ ਉਗਰ ਆਇਆ ਅੱਜ ਇਹਦੀ ਵੀ ਆਪਾਂ ਸਫਾਈ ਕਰਨੀ ਹੈ ਆ ਆਪਣਾ ਧਨੀਆ ਲਾਇਆ ਹੋਇਆ ਵਾ ਤੇ ਆ ਆਪਣੀ ਮੇਥੀ ਲਾਈ ਹੋਈ ਆ ਮੇਥੀ ਆ ਆਪਣੀ ਤਨੀਏ ਦੀ ਕਿਯਾਰੀ ਇੱਕ ਸਾਈਡ ਤੇ علیحدਦਾ ਹੀ ਰਾਈ ਹੋਈ ਹੈ ਦੇਖੋ ਘ ਬਾਈ ਜੀ ਤਨੀਆ ਸੋਹਣਾ ਨਹੀਂ ਖੁਸ਼ਬੂ ਵੀ ਬੜੀ ਸੋਹਣੀ ਮੈਨੂੰ ਆਉਂਦੀ ਪਈ ਹੈ ਆ ਬਾਈ ਜੀ ਆਪਣੀ ਪਾਲਕ ਲਾਈ ਹੋਈ ਇੱਥੇ ਥੋੜੀ ਜੀ ਛੋਟੀਆਂ ਛੋਟੀਆਂ ਕਿਯਾਰੀਆਂ ਬਣਾ ਕੇ ਨਾ ਇਸੇ ਤਰੀਕੇ ਸਾਰੀਆਂ ਸਬਜ਼ੀਆਂ ਆਪਾਂ ਲਾਈ ਦੀਆਂ ਘਰ ਦੀਆਂ ਹੀ ਆ ਬਾਈ ਤੇ ਬਾਈ ਜੀ ਆਪਣਾ ਖਿਆਲ ਰੱਖਿਓ ਦੁਆਵਾਂ ਚ ਮੈਨੂੰ ਯਾਦ ਰੱਖਿਓ ਅੱਲਾ ਹਾਫਿਜ਼